हाँ जी, सत श्री अकाल दोस्तों, तुहाडा स्वागत है जी साडे YouTube चैनल हरीका जॉब अलर्ट ते। दोस्तों जेकर तुसी चैनल नूं पहली बार विजिट कर रहे हो, चैनल नूं सबसक्राइब कर लो, बैल आइकन दबा लो हर नवी अपडेट दे लई। ते दोस्तों अज ही एक रेगुलर भर्ती आउट हुई है हाई कोर्ट ऑफ पंजाब एंड हरियाणा वालों। ते हाई कोर्ट ऑफ पंजाब एंड हरियाणा वालों दो राज्यां दे विच भर्ती आउट हुई है, एक पंजाब दे विच ते एक हरियाणा दे विच। भर्ती कदी है दोस्तों? स्टैनो दी भर्ती आउट हुई है। ਜਿਹੜੇ ਪੰਜਾਬ ਦੇ ਕੈਂਡੀਡੇਟ ਲੰਮੇ ਸਮੇਂ ਤੋਂ ਸਟੈਨੋ ਦੀ ਭਰਤੀ ਦੀ ਵੇਟ ਕਰ ਰਹੇ ਸੀ, ਤਾਂ ਉਹਨਾਂ ਦੀ ਲਈ ਇਹ ਭਰਤੀ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਆ। ਉਹ ਪੰਜਾਬ ਦੀ ਜਿਹੜੀ ਭਰਤੀ ਆ ਉਹਦੇ ਲਈ ਵੀ ਅਪਲਾਈ ਕਰ ਸਕਦੇ ਆ, ਐਜ਼ ਵੈਲ ਐਜ਼ ਹਰਿਆਣਾ ਦੇ ਵਿੱਚ ਜਿਹੜੀ ਇਹ ਸਟੈਨੋ ਦੀ ਭਰਤੀ ਨਿਕਲੀ ਆ ਉਹਦੇ ਵਿੱਚ ਵੀ ਅਪਲਾਈ ਕਰ ਸਕਦੇ ਆ, ਕਿਉਂਕਿ ਮਾਈਨਰ ਜੇ ਇਹਦੇ ਵਿੱਚ ਚੇਂਜਸ ਨੇ ਉਹ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਆਨਲਾਈਨ ਐਪਲੀਕੇਸ਼ਨ ਫਾਰਮ ਦੀ, ਤਾਂ ਤੁਸੀਂ ਆਨਲਾਈਨ ਐਪਲੀਕੇਸ਼ਨ ਫਾਰਮ ਸਟਾਰਟ ਹੋ ਚੁੱਕੇ ਨੇ, 7/9/2021 तक अपलाई कर सकते हो। लिंक तुहानू डिस्क्रिप्शन च मिल जाएगा अपलाई करन दा, ते इस नोटिफिकेशन दा भी। उस तो बाद जे गल करिए स्टैनो दी, तां स्टैनो ग्रेड 3 दी इह भर्ती है। ते तुहाडी ड्यूटी कित्थे होणी है? इन द डिस्ट्रिक्ट एंड सैशन जजेस इन द स्टेट ऑफ पंजाब, ठीक है। जिन्ने भी तुहाडे जिला अदालतां ने, डिस्ट्रिक्ट एंड सैशन जज दे जिन्ने भी अदालतां ने, उहनां दे विच तुहाडी पोस्टिंग होणी है स्टैनो ग्रेड 3 दे तौर ते, ठीक है जी। ते ਸਟੈਨੋ ਦੀ ਹੁਣ ਗੱਲ ਕਰੀਏ ਪੋਸਟਾਂ ਦੀ, 225 ਪੋਸਟਾਂ ਦੀਆਂ ਪਹਿਲਾਂ ਸੀਗੀਆਂ, 58 ਪੋਸਟਾਂ ਵਿੱਚ ਹੋਰ ਐਡ ਹੋ ਗਈਆਂ ਨੇ, ਤਾਂ ਟੋਟਲ ਜਿਹੜੀਆਂ ਪੋਸਟਾਂ ਨੇ 283 ਹੋ ਗਈਆਂ ਨੇ, ਠੀਕ ਆ। ਜਨਰਲ ਦੀਆਂ ਕੈਟੇਗਰੀ ਵਾਈਜ਼ ਤੁਸੀਂ ਇਹ ਵਿੱਚ ਪਲੱਸ ਕਰ ਲੈਣੀਆਂ ਨੇ ਨੀਚੇ ਵਾਲੀਆਂ, ਠੀਕ ਆ। ਕਿਉਂਕਿ ਪਹਿਲਾਂ ਇਹ ਭਰਤੀ ਰੋਗੀ ਸੀ ਕਰੋਨਾ ਦੀ ਵਜ੍ਹਾ ਕਰਕੇ, ਅਤੇ 31/10/21 ਤੱਕ ਇਹਦੇ 'ਚ ਹੋਰ ਪੋਸਟਾਂ ਐਡ ਹੋ ਗਈਆਂ 58, ਤਾਂ ਹੁਣ ਗਿਣਤੀ ਜਿਹੜੀ 225 ਤੋਂ ਉੱਪਰ ਹੋ ਗਈ ਹੈ, 283 ਦੇ ਲਗਭਗ ਹੋ ਗਈ ਆ। ਅਤੇ ਹੁਣ ਅੱਗੇ ਗੱਲ ਕਰੀਏ ਏਜ ਦੀ, ਏਜ ਦੀ ਇਹਦੇ ਵਿੱਚ ਜਨਰਲ ਕੈਟੇਗਰੀ 18-37 ਸਾਲ, SC/BC 18-42 ਸਾਲ। ਅਤੇ ਤਨਖਾਹ ਦੀ ਗੱਲ ਕਰੀਏ, ਤਨਖਾਹ ਜਿਹੜੀ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਹੈ, ਗਵਰਨਮੈਂਟ ਆਫ ਪੰਜਾਬ ਦਾ ਜੋ ਵੀ ਪੇ ਸਕੇਲ ਹੈ ਉਹਨਾਂ 'ਤੇ ਲਾਗੂ ਹੋਏਗਾ, ਠੀਕ ਹੈ। ਸਟੈਨੋ ਦਾ ਜੋ ਵੀ ਪੇ ਸਕੇਲ ਹੈ, ਅਤੇ ਉਹੀ ਪੇ ਸਕੇ ਮਤਲਬ ਉਹੀ ਚੀਜ਼ ਜਿਹੜੀ ਅਡੋਪਟ ਕੀਤੀ ਹੈ ਸਬਆਰਡੀਨੇਟ ਕੋਰਟਸ ਆਫ ਪੰਜਾਬ ਨੇ, ਉਹ ਸੇਮ ਰੂਲ ਇਹਨਾਂ 'ਤੇ ਲਾਗੂ ਹੋਏਗਾ। ਅਤੇ ਕੁਆਲੀਫਿਕੇਸ਼ਨ ਦੇ ਵਿੱਚ ਤੁਸੀਂ ਕੋਈ ਵੀ ਬੈਚਲਰ ਡਿਗਰੀ ਕੀਤੀ ਹੋਵੇ, ਬੈਚਲਰ ਆਫ ਆਰਟਸ, ਬੈਚਲਰ ਆਫ ਸਾਇੰਸ, BSc, BBA, BCA, ਕੋਈ ਵੀ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੀਤੀ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਉਹਦੇ ਨਾਲ ਤੁਹਾਡੇ ਕੋਲ ਕੰਪਿਊਟਰ ਦਾ ਗਿਆਨ ਹੋਣਾ ਜ਼ਰੂਰੀ ਹੈ, ਪ੍ਰੋਫੀਸ਼ੀਐਂਸੀ ਹੋਣੀ ਜ਼ਰੂਰੀ ਹੈ ਕੰਪਿਊਟਰ ਦੇ ਵਿੱਚ, ਭਾਵ ਕਿ ਵਰਡ ਪ੍ਰੋਸੈਸਿੰਗ ਅਤੇ ਸਪਰੈਡਸ਼ੀਟ ਦੀ ਨੌਲੇਜ ਹੋਣੀ ਤੁਹਾਨੂੰ ਜ਼ਰੂਰੀ ਆ। 10ਵੀਂ ਦੇ ਵਿੱਚ ਪੰਜਾਬੀ ਤੁਸੀਂ ਪਾਸ ਕੀਤੀ ਹੋਵੇ। ਇਹਨਾਂ ਨੇ ਇੱਕ ਸ਼ਰਤ ਹੋਰ ਰੱਖ ਦਿੱਤੀ ਆ, ਅਤੇ ਪੰਜਾਬ ਵਾਲੇ ਜੇ ਇਹ ਸ਼ਰਤ ਨਾ ਅਡੋਪਟ ਕਰਨ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਹੁਤ ਵਧੀਆ ਹੋਏਗਾ। ਇਹਨਾਂ ਨੇ ਸ਼ਰਤ ਕੀ ਰੱਖੀ ਆ ਕਿ ਜੇਕਰ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਨਹੀਂ ਪਾਸ ਕੀਤੀ ਹੋਈ, ਬਟ ਤੁਸੀਂ ਤੁਹਾਨੂੰ ਅਸੀਂ ਅਪੁਆਇੰਟ ਕਰ ਲਵਾਂਗੇ, ਠੀਕ ਆ, ਤੁਹਾਡੀ ਜੁਆਇਨਿੰਗ ਹੋ ਜਾਏਗੀ। ਅਤੇ ਸ਼ਰਤ ਇਹ ਆ ਕਿ ਤੁਹਾਨੂੰ ਡਿਊਰਿੰਗ ਪ੍ਰੋਬੇਸ਼ਨ ਪੀਰੀਅਡ ਪੰਜਾਬੀ ਪਾਸ ਕਰਨੀ ਹੋਏਗੀ, ਠੀਕ ਆ, ਭਾਵ ਕਿ ਪੰਜਾਬੀ ਕਲੀਅਰ ਕਰਨੀ ਪਏਗੀ ਤੁਹਾਨੂੰ ਡਿਊਰਿੰਗ ਪ੍ਰੋਬੇਸ਼ਨ। ਜੇ ਤੁਸੀਂ ਪ੍ਰੋਬੇਸ਼ਨ ਦੇ ਦੌਰਾਨ 3 ਸਾਲ ਦਾ ਪ੍ਰੋਬੇਸ਼ਨ ਆ, 3 ਸਾਲ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਜੋ ਵੀ ਪੇਪਰ ਆ ਉਹ ਪਾਸ ਨਹੀਂ ਕਰ ਸਕੋਗੇ, ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ, ਬਟ ਵਿਦਆਊਟ ਪੰਜਾਬੀ ਤੁਹਾਡੀ ਅਪੁਆਇੰਟਮੈਂਟ ਹੋ ਜਾਏਗੀ। ਅਤੇ ਹੁਣ ਅੱਗੇ ਗੱਲ ਕਰੀਏ ਗ੍ਰੈਜੂਏਸ਼ਨ ਦੀ, ਤਾਂ ਤੁਸੀਂ ਆਰਟਸ, ਕਮਰਸ, ਸਾਇੰਸ, ਕੰਪਿਊਟਰ ਕਿਸੇ ਵੀ ਸਟਰੀਮ 'ਚ ਕੀਤੀ ਹੈ ਗ੍ਰੈਜੂਏਸ਼ਨ, ਤੁਸੀਂ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ। ਅਤੇ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ 7/9/21 ਤੋਂ ਪਹਿਲਾਂ ਪੂਰੀ ਹੋਣੀ ਚਾਹੀਦੀ ਆ। ਅਤੇ ਮੋਡ ਆਫ ਸਿਲੈਕਸ਼ਨ ਦੇ ਵਿੱਚ ਗੱਲ ਕਰੀਏ, ਮੋਡ ਆਫ ਸਿਲੈਕਸ਼ਨ ਦੀ, ਤਾਂ ਇਹਦੇ ਵਿੱਚ ਤੁਹਾਡਾ ਸ਼ਾਰਟ ਹੈਂਡ ਟੈਸਟ ਹੋਣਾ, ਠੀਕ ਆ, ਕਿਉਂਕਿ ਸਟੈਨੋ ਦੇ ਲਈ ਸ਼ਾਰਟ ਹੈਂਡ ਟੈਸਟ ਹੁੰਦਾ। ਜਿਨ੍ਹਾਂ ਨੇ ਸਟੈਨੋ ਕੀਤੀ ਹੋਈ ਆ ਉਹਨਾਂ ਨੂੰ ਇਹਦਾ ਬਖੂਬੀ ਪਤਾ। ਅਤੇ ਆਮ ਕੈਂਡੀਡੇਟ ਇਹਦੇ 'ਚ ਨਾ ਹੀ ਅਪਲਾਈ ਕਰੋ ਤਾਂ ਚੰਗਾ, ਕਿਉਂਕਿ ਜੇ ਤੁਹਾਨੂੰ ਸਟੈਨੋ ਆਉਂਦੀ ਆ ਤਾਂ ਹੀ ਅਪਲਾਈ ਕਰੋ, ਨਹੀਂ ਤਾਂ ਟਾਈਮ ਖਰਾਬ ਕਰਨ ਦਾ ਅਤੇ ਪੈਸਾ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ, ਠੀਕ ਆ, ਕਿਉਂਕਿ ਸਟੈਨੋ ਤੋਂ ਬਿਨਾਂ ਤੁਹਾਡੀ ਸਿਲੈਕਸ਼ਨ ਹੋਣੀ ਇੰਪੋਸੀਬਲ ਆ। ਅਤੇ ਹੁਣ ਇਹਦੇ ਵਿੱਚ ਇੰਗਲਿਸ਼ ਸ਼ਾਰਟ ਹੈਂਡ ਟੈਸਟ ਹੋਣਾ, ਪਹਿਲਾਂ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਉਹਦੀ ਰਹਿਣੀ ਚਾਹੀਦੀ ਹੈ ਤੁਹਾਡੀ, ਉਹਦੀ ਟ੍ਰਾਂਸਕ੍ਰਿਪਸ਼ਨ ਕਰਨੀ ਹੈ ਕੰਪਿਊਟਰ 'ਤੇ, ਤੁਸੀਂ ਉਹਦੀ ਸ਼ਬਦ ਉਹਦੀ ਸਪੀਡ 20 ਸ਼ਬਦ ਪ੍ਰਤੀ ਮਿੰਟ ਦੀ ਤੁਹਾਡੀ ਹੋਣੀ ਚਾਹੀਦੀ ਆ। ਅਤੇ ਇੰਗਲਿਸ਼ ਦਾ ਟੈਸਟ ਹੋਣਾ ਹੈ, ਇੰਗਲਿਸ਼ ਸ਼ਾਰਟ ਹੈਂਡ ਟੈਸਟ, ਠੀਕ ਆ, ਪੰਜਾਬੀ ਦਾ ਨਹੀਂ ਹੈਗਾ, ਇਸ ਚੀਜ਼ ਦਾ ਖਾਸ ਧਿਆਨ ਰੱਖਿਓ। ਅਤੇ ਉਸ ਤੋਂ ਬਾਅਦ ਕੈਂਡੀਡੇਟਸ ਨੇ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਆ ਜਿਹੜਾ ਉਹ ਕਲੀਅਰ ਕਰਨਾ ਲਾਜ਼ਮੀ ਹੋਏਗਾ, ਅਤੇ ਇਹ ਇਹਦਾ ਸਿਲੈਕਸ਼ਨ ਕ੍ਰਾਈਟੀਰੀਆ ਦੇ ਵਿੱਚ ਦੱਸਿਆ ਗਿਆ। ਅਤੇ ਜਿੰਨੇ ਵੀ ਕੈਂਡੀਡੇਟ ਟੈਸਟ ਕਲੀਅਰ ਕਰਨਗੇ ਉਸ ਤੋਂ ਬਾਅਦ ਨੰਬਰ ਆਫ ਕੈਂਡੀਡੇਟ ਜਿੰਨੇ ਵੀ 2 ਗੁਣਾ 3 ਗੁਣਾ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਏ ਜਾਣਗੇ। ਅਤੇ ਨੈਕਸਟ ਗੱਲ ਕਰੀਏ ਐਡਮਿਟ ਕਾਰਡ ਵਗੈਰਾ, ਉਹ ਤੁਹਾਨੂੰ ਦੀ ਵੈਬਸਾਈਟ ਤੇ ਹੀ ਮਿਲਦੇ ਰਹਿਣਗੇ, ਮੈਂ ਲਿੰਕ ਦੇ ਦਾਂਗਾ ਤੁਹਾਨੂੰ ਜਿੱਥੇ ਤੁਸੀਂ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣਾ ਜੋ ਵੀ ਅਪਡੇਟ ਅੱਗੇ ਆਉਂਦੀ ਆ। ਤੇ ਜਨਰਲ ਕੈਟਾਗਰੀ ਦੇ ਲਈ ਫੀਸ ਆ ਜਿਹੜੀ 750 ਰੁਪਿਆ, SC/BC/OBC ਦੇ ਲਈ 200 ਰੁਪਿਆ, ਫਿਜ਼ੀਕਲੀ ਹੈਂਡੀਕੈਪਡ ਦੇ ਲਈ 375,
डिपेंडेंट ऑफ एक्स सर्विसमैन एज पर देर ओरिजिनल कैटेगरी, ठीक है, जो भी इतने दी ओरिजिनल कैटेगरी है। तो डेट ऑफ एग्जामीनेशन, डेट ऑफ एग्जामीनेशन ने दसिया नवंबर दसंबर 2021 दे विच टेंटेटिव डेट दिती है कि इस महीने दे विच तुहाडा एग्जाम ये जो भी टेस्ट वगैरह ये हो सकता, ठीक है। तो अप्लाई कर किदा करना वो लिंक मैं तुहानू दे दांगा, उस लिंक ते जाके तुसी डायरेक्ट अपनी रजिस्ट्रेशन वगैरह करके उहदे उपर ही जो भी डिटेल्स ने फिल कर लेनियां ने, ठीक है। कुछ नहीं पता लग रहा कमेंट सैक्शन दे विच कमेंट कर सकदे हो। तो हरियाणा का मैं दस दवां तुहानू, हरियाणा दे विच भी बाकी शर्तां सारियां सेम रहणगियां, बट जिहड़ी तुहाडी ड्यूटी है वह हरियाणा के कोर्ट्स ने जिन्ने डिस्ट्रिक्ट एंड सैशन जजेस के कोर्ट उत्थे होएगी। तो ये 124+38 इन्नियां वैकेंसियां, ठीक है। पंजाब वाले भी अप्लाई कर सकते क्योंकि ये शर्त होंगी कि दसवीं दे विच हिंदी पास की हो, हिंदी ऑलरेडी होंगी है पंजाब वाले की। तो एज लिमिट है जी 17 to 42 है हरियाणा के, ठीक है। इस चीज़ का खास ध्यान रखा जाए क्योंकि जी पंजाब मैं तुम्हें एज लिमिट दसी है वह 18 to 37 है, ठीक है। हरियाणा के जनरल कैटेगरी की एज लिमिट 17 to 42 है। हुण ये रूल क्यों अलग है, किवें है, की हिसाब किताब है, ये बारे नहीं इन्होंने कुछ लिखा हुआ। तो एज आ जी 1/1/2021 के अनुसार तुहाडी होनी चाहिए आ। एस सी एस टी बी सी इन्हों की 17 to 47 साल की एज इन्होंने रखी आ। तो बाकी शर्तां इहदियां क्वालिफिकेशन वगैरह उही डिग्री होनी चाहिए तुहाडे कोल, ते दसवीं विच हिंदी होनी चाहिए। जे नहीं भी हैगी तां तुसीं प्रोबेशन के दौरान क्लीयर कर सकते हो। तो उस तो बाद जिहड़ी क्वालिफिकेशन आ 7/9/21 के अनुसार तुहाडी पूरी हो जानी चाहिए आ, ठीक है। तो बाकी फीस इन्होंने जनरल की 750 रुपये रखी आ, मेल दे लई फीमेल दे लई 375 रुपये रखी आ, एस सी एस टी बी सी दे लई 200 रुपया रखी है, तो फीमेल दे लई 100 रुपया रखी आ। तो हुण ऑबवियस है जे हरियाणा तो थोड़ा बहुत फर्क तो होएगा ही, ठीक है, क्योंकि मेल फीमेल के अकॉर्डिंग ये फीस वगैरह का भी फर्क पाउंदे आ इस चीज़ का। तो डेट ऑफ एग्जामीनेशन दसी आ नवंबर दसंबर 2021, तो बाकी शर्तां सेम ने। तो होर अपडेट्स साडे नाल बने रहना, जुड़े रहना। धन्यवाद दोस्तों, सत श्री अकाल।